ਉਹ ਲੱਗ ਗਈ ਅੱਗ ਉਹਨੂੰ ਮੋਟਰਸਾਈਕਲ ਇਹਨਾਂ ਨੇ ਕਰਿਆ ਇਹੀ ਜਾਂਦੇ ਨੇ ਸਾਰੇ ਉਹ ਗਿਆ ਬਸ ਉਹ ਗਈ ਲੇਡੀ ਮਾਰੀ ਭਗਾ ਨੇ ਇਹ ਤੋਂ ਡਿੱਗਿਆ ਇੱਕ ਜਾਣਾ ਹਰੇ ਤੋਂ ਸਕੂਟਰੀ ਤੋਂ ਇਹਦੇ ਤੋਂ ਡਿੱਗਿਆ ਸਕੂਟਰੀ ਤੋਂ ਇਹ ਤੋਂ ਮੇਰੇ ਸਾਹਮਣੇ ਉਹ ਚ ਮਾਰਿਆ ਉਹ ਜਿਹੜਾ ਜਿਹੜੇ ਅੱਗ ਲੱਗੀ ਵਾਂਗੂ ਜਾਂਦੇ ਨੇ ਇਹਨਾਂ ਨੇ ਮਾਰਿਆ ਜਿਹੜੇ ਅੱਗ ਉਹਨਾਂ ਨੇ ਕੀਤਾ ਜਿਹੜੇ ਗਏ ਨੇ ਸਾਲੇ ਮਾਰਾ ਪਟਾਕਾ ਪੈਂਦਾ ਹੀ ਦੇਖਿਆ ਸਾਲਾ ਬਾਈ ਪਟਾਕਾ ਪੈਂਦਾ ਹੀ ਦੇਖਿਆ ਪਟਾਕਾ ਪੈਂਦਾ ਹੀ ਉਹ ਇਹੀ ਨੇ ਜਿਹੜੇ ਅੱਗ ਲੱਗੀ ਵਾਂਗੂ ਜਾਂਦੇ ਨੇ ਸਾਲੇ ਹੱਲ ਹੱਲ ਕਰਦੇ ਆ ਫੜੋ ਯਾਰ ਇੱਕ ਕਾਰਡ ਆ ਪ੍ਰੂਫ ਆ ਵਿੱਚ ਆਧਾਰ ਕਾਰਡ ਆ ਪ੍ਰੂਫ ਆ ਬਾਈ ਪ੍ਰੂਫ ਆ ਹਾਂ ਮੇਰਾ ਨਾਂ ਸੁਖਵੀਰ ਸਿੰਘ ਹੈ ਪਿਆਰੇ ਜੀ ਕੋਟਲਾ ਸ਼ਮਸਪੁਰ ਇਹੀ ਪਿੰਡ ਆ ਜਿੱਥੇ ਦੁਰਘਟਨਾ ਹੋਈ ਹੈ ਮਾੜੀ ਕਿਸਮਤ ਨਾਲ ਇਹ ਦੁਰਘਟਨਾ ਦੇਖੋ ਇੱਕ ਧਮਾਕਾ ਹੋਇਆ ਅਸੀਂ ਤਾਂ ਨਗਰ ਨਿਵਾਸੀ ਹਾਂ ਅਸੀਂ ਥੋੜ੍ਹੀ ਦੇਰ ਬਾਅਦ ਪਹੁੰਚੇ ਹਾਂ ਆਉਣ 'ਤੇ ਪਤਾ ਲੱਗਿਆ ਵੀ ਜਿਹੜੇ ਹਰ ਵਾਰ ਐਤਵਾਰ ਇੱਥੋਂ ਬਾਈਕਰ ਲੰਘਦੇ ਆ ਜਿਹੜੇ ਬਹੁਤ ਤੇਜ਼ੀ ਨਾਲ ਚੱਲਦੇ ਨੇ ਮੇਰਾ ਖਿਆਲ ਹੈ 150 ਅਬਾਵ ਉਹਨਾਂ ਦੀ ਸਪੀਡ ਹੁੰਦੀ ਹੈ ਉਹਨਾਂ ਦੇ ਨਾਲ ਕੋਈ ਐਕਟਿਵਾ 'ਤੇ ਜਾ ਰਹੇ ਸ਼ਾਇਦ ਮਾਂ ਪੁੱਤ ਸੀਗੇ ਉਹ ਟਕਰਾਏ ਆ ਇਹਨਾਂ ਨਾਲ ਜਿਹ 'ਚੋਂ ਮਾਂ ਤਾਂ ਚੱਲ ਵਸੀ ਆ ਅਤੇ ਬੱਚੇ ਦੇ ਸੀਰੀਅਸ ਸੱਟਾਂ ਨੇ ਅਤੇ ਜਿਹੜਾ ਬਾਈਕਰ ਹੈ ਉਹ ਵੀ ਬਚਿਆ ਨਹੀਂ ਸੋ ਸਾਡੀ ਇਹ ਧਿਆਨ ਦਿਵਾਉਣ ਵਾਲਾ ਸਾਡੀ ਗੱਲ ਹੈਗੀ ਆ ਕਿ ਕੀ ਇਹ ਪੁਲਿਸ ਪ੍ਰਸ਼ਾਸਨ ਨੂੰ ਇੰਨੀ ਸਪੀਡ ਨਾਲ ਇੰਨੇ ਸਾਲਾਂ ਤੋਂ ਜਾਂਦੇ ਦਿਖੇ ਨਹੀਂ ਉਲਟਾ ਸਾਨੂੰ ਕੋਈ ਇੱਥੇ ਰੋਕਿਆ ਸ਼ਾਇਦ ਪੁਲਿਸ ਮੁਲਾਜ਼ਮ ਰੱਖਦਾ ਸੀ ਉਹ ਕਹਿੰਦਾ ਜੀ ਇਹਨਾਂ ਕੋਲ ਮਨਜ਼ੂਰੀ ਹੁੰਦੀ ਹੈ ਅਤੇ ਜਦੋਂ ਅਸੀਂ ਗੱਲ ਕੀਤੀ ਕਿ ਉਹਨਾਂ ਦੀ ਮਨਜ਼ੂਰੀ ਸਾਨੂੰ ਦਿਖਾਓ ਤਾਂ ਉਹ ਦਿਖਾਉਣ ਦੇ ਯੋਗ ਨਹੀਂ ਸੀ ਇਸ ਕਿ ਫੋਨ 'ਤੇ ਮੰਗਾ ਲਓ ਚਾਹੇ ਸਾਨੂੰ ਇੱਕ ਵਾਰੀ ਦਿਖਾ ਦਿਓ ਪਰ ਉਹ ਨਹੀਂ ਦਿਖਾ ਸਕੇ ਤਾਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਹਾਂ ਅਸੀਂ ਵੀ ਜਿਹੜੇ ਬਾਈਕਰ ਮੌਤ ਦਾ ਸਮਾਨ ਲੈ ਕੇ ਬਾਹਰ ਐਤਵਾਰ ਨੂੰ ਸੜਕਾਂ 'ਤੇ ਘੁੰਮਦੇ ਨੇ ਇਹਨਾਂ ਨੂੰ ਰੋਕਿਆ ਜਾਵੇ ਦੇਖੋ ਹੁਣ 2 ਜਾਨਾਂ ਗਈਆਂ ਨੇ ਹੋਰ ਵੀ ਜਾ ਸਕਦੀਆਂ ਸੀ ਕੁਛ ਵੀ ਹੋ ਸਕਦਾ ਸੀ ਲਗਭਗ ਕੀ ਟਾਈਮ ਹੋ ਗਿਆ 40-45 ਮਿੰਟ ਪਹਿਲਾਂ ਦੀ ਗੱਲ ਹੋਊ ਜਿਨ੍ਹਾਂ ਦੀ ਮੌਤ ਹੋਈ ਆ ਆਪਣੇ ਬਾਈਕ ਸਵਾਰ ਦੀ ਤੇ ਉਹ ਕਿੱਥੇ ਦੇ ਰਹਿਣੇ ਵਾਲੇ ਕੁਝ ਪਤਾ ਉਹ ਨਾਲ ਦੇ ਪਿੰਡ ਹੇਡੋਂ ਤੋਂ ਦੱਸੇ ਜਾਂਦੇ ਆ ਦੇਖੋ ਐਗਜ਼ੈਕਟਲੀ ਆਈ ਕਾਂਟ ਟੈਲ ਕਿਉਂਕਿ ਮੈਂ ਕੋਈ ਪ੍ਰੂਫ ਨਹੀਂ ਦੇਖਿਆ ਜੋ ਸੁਣਿਆ ਉਹ ਦੱਸਦਾ ਤੁਹਾਨੂੰ ਤੇ ਅਸੀਂ ਥੋੜੀ ਦੇਰ ਬਾਅਦ ਪਹੁੰਚੇ ਸੀ ਤੇ ਉਹ ਹੇਡੋਂ ਤੋਂ ਦੱਸੇ ਜਾਂਦੇ ਆ ਮਾਂ ਪੁੱਤ ਸੀਗੇ ਮਾਂ ਮੌਕੇ ਤੇ ਮਰ ਗਈ ਆ ਬਾਈਕਰ ਵੀ ਮੌਕੇ ਤੇ ਮਰ ਗਿਆ ਬੱਚਾ ਜਿਹੜਾ ਉਹ ਸੀਰੀਅਸ ਹੈਗਾ ਉਹਦੇ ਸੱਟਾਂ ਨੇ ਹਾਂਜੀ ਕੀ ਨਾਮ ਤੁਹਾਡਾ ਮੇਰਾ ਨਾਮ ਐਸ ਤਰਸੇਮ ਨਾਲ ਹੈ ਜੀ ਸਾਡੀ SS ਟੀਮ ਸਮਰਾਲਾ ਜੀ ਤੇ ਅੱਜ ਇੱਕ ਐਕਸੀਡੈਂਟ ਹੋਇਆ ਆਪਣੇ ਪਟਾਲਾ ਵਿੱਚ ਕੀ ਹੈਗੀ ਆ ਡਿਟੇਲ ਉਹਦੀ ਉਹ ਡਿਟੇਲ ਆ ਜੀ ਆਪਸ ਵਿੱਚ ਹੀ 2 ਵਹੀਕਲ ਟਕਰਾ ਗਏ ਜੀ ਅਤੇ ਇੱਕ ਲੇਡੀ ਅਤੇ ਇੱਕ ਬੰਦੇ ਦੀ ਡੈਥ ਹੋ ਗਈ ਜੀ ਹਾਂਜੀ ਆਪਣੇ ਇਹ ਬਾਈਕਰ ਸੀਗੇ ਜੀ ਜਿਹਨਾਂ ਨਾਲ ਟੱਕਰ ਹੋਈ ਹੈ ਇੱਕ ਰੇਸਰ ਮੋਟਰਸਾਈਕਲ ਸੀਗਾ ਜੀ ਹਾਂਜੀ ਇਹ ਕਿੱਧਰੋਂ ਆ ਰਹੇ ਸੀ ਕਿੱਧਰ ਨੂੰ ਜਾਣਾ ਸੀਗਾ ਜੀ ਇਹਨਾਂ ਨੂੰ ਚੰਡੀਗੜ੍ਹ ਵੱਲ ਨੂੰ ਜਾ ਰਹੇ ਸੀ ਲੁਧਿਆਣੇ ਤੋਂ ਆ ਰਹੇ ਸੀ ਅਤੇ ਜਿਹੜੀ ਦੂਸਰੀ ਐਕਟਿਵਾ ਸੀ ਉਹ ਕਿੱਥੋਂ ਆ ਰਹੀ ਸੀਗੀ ਉਹ ਆਪਣੇ ਕ੍ਰੋਸ ਕਰ ਰਹੀ ਸੀਗੀ ਕੱਟ ਓਕੇ ਆਪਣੇ ਕੋਈ ਜ਼ਖਮੀ ਵੀ ਹੋਇਆ ਹਾਂਜੀ ਇੱਕ ਜ਼ਖਮੀ ਹੋਇਆ ਜੀ ਉਹਦੇ ਪਿੱਛੇ ਜਿਹੜੀ ਲੇਡੀ ਬੈਠੀ ਸੀ ਉਹਦੀ ਡੈਥ ਹੋ ਗਈ ਕਿੰਨੀ ਕੁ ਉਮਰ ਹੈ ਜੀ ਲੇਡੀ ਦੀ ਲੇਡੀ ਦੀ ਉਮਰ 45 ਸਾਲ ਦੱਸ ਦਿਓ ਕਿੰਨੇ ਕੁ ਵਜੇ ਦਾ ਹਾਦਸਾ ਜੀ 8 ਵਜੇ ਦਾ 8 ਸਵੇਰ ਦਾ ਜੀ
ਸੀ।